ਸਤਿ ਸ਼੍ਰੀ ਅਕਾਲ ਜੀ, ਸਾਡੇ ਚੈਨਲ ਪੰਜਾਬੀ ਟੋਟਕੇ ਤੇ ਉਪਾਅ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ, ਤੁਹਾਡੀ ਸ਼ਿਕਾਇਤ ਨੂੰ ਦੂਰ ਕੀਤਾ ਜਾ ਰਿਹਾ ਹੈ। ਤੁਹਾਡੀ ਸ਼ਿਕਾਇਤ ਸੀ ਕਿ ਕੁੰਭ ਰਾਸ਼ੀ ਵਾਲਿਆਂ ਲਈ ਹੀ ਵੀਡੀਓਜ਼ ਬਣਾਉਂਦੇ ਹੋ ਸਿਰਫ ਤੁਸੀਂ, ਤਾਂ ਹੁਣ 12 ਰਾਸ਼ੀਆਂ ਦੀ ਸਭ ਦੀ ਵੀਡੀਓ ਬਣਾ ਰਹੇ ਹਾਂ, ਜਿਸ ਵਿੱਚ ਅੱਜ ਨੰਬਰ ਹੈ ਕਰਕ ਰਾਸ਼ੀ ਯਾਨੀ ਕਿ ਕੈਂਸਰ। ਅਸੀਂ ਅੱਜ ਦੱਸਾਂਗੇ ਕਿ ਅਗਸਤ ਦਾ ਮਹੀਨਾ ਕਰਕ ਰਾਸ਼ੀ ਵਾਲਿਆਂ ਦਾ, ਕੈਂਸਰ ਵਾਲਿਆਂ ਦਾ ਕਿਸ ਤਰ੍ਹਾਂ ਦਾ ਰਹੇਗਾ। ਐਸਟ੍ਰੋਲੋਜੀ ਦੇ ਅਨੁਸਾਰ, ਜੋਤਿਸ਼ ਦੇ ਅਨੁਸਾਰ ਤਾਂ ਅਸੀਂ ਦੱਸਾਂਗੇ, ਲਾਸਟ ਵਿੱਚ ਮੈਂ ਟੈਰੋ ਕਾਰਡ ਦੇ ਅਨੁਸਾਰ ਵੀ ਤੁਹਾਨੂੰ ਦੱਸਦੀ ਹਾਂ ਕਿ ਕਿਸ ਤਰ੍ਹਾਂ ਦੀ ਐਡਵਾਈਸ, ਕਿਸ ਤਰ੍ਹਾਂ ਦੀ ਗਾਈਡੈਂਸ ਤੁਹਾਡੇ ਵਾਸਤੇ ਆਏਗੀ ਟੈਰੋ ਕਾਰਡ ਦੇ ਅਕੋਰਡਿੰਗ। ਤੇ ਠੀਕ ਹੈ ਜੀ, ਵੀਡੀਓ ਦੇ ਅੰਤ ਤੱਕ ਬਣੇ ਰਹਿਣਾ। ਦੇਖਦੇ ਹਾਂ ਕਿ ਕਰਕ ਰਾਸ਼ੀ ਵਾਲਿਆਂ ਦਾ ਕੈਂਸਰ ਦਾ ਮਹੀਨਾ ਕਿਸ ਤਰ੍ਹਾਂ ਦਾ ਰਹੇਗਾ। ਉਸ ਤੋਂ ਪਹਿਲੇ ਮੇਰੀ ਛੋਟੀ ਜਿਹੀ ਰਿਕੁਐਸਟ ਹੈ, ਜੇਕਰ ਮੇਰੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਹਨ ਤਾਂ ਵੀਡੀਓਜ਼ ਨੂੰ ਲਾਈਕ ਕਰੋ। ਜਿਨ੍ਹਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰੋ। ਕਮੈਂਟ ਵਿੱਚ ਆਪਣਾ ਫੀਡਬੈਕ ਜ਼ਰੂਰ 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 ਦਿਓ ਜੀ। ਤੇ ਚਲੋ ਜੀ, ਸਭ ਤੋਂ ਪਹਿਲੇ ਅਸੀਂ ਗੱਲ ਕਰ ਲੈਂਦੇ ਹਾਂ ਜੇਕਰ ਤੁਹਾਡੇ ਸਿਹਤ ਦੀ ਗੱਲ ਕਰੀਏ ਤਾਂ। ਠੀਕ ਹੈ, ਕਰਕ ਰਾਸ਼ੀ ਵਾਲਿਆਂ ਦੀ ਤਾਂ ਦੇਖੋ ਸ਼ਨੀ ਦੀ ਢਈਆ ਵੀ ਚੱਲ ਰਹੀ ਹੈ ਕਰਕ ਰਾਸ਼ੀ ਦੇ ਉੱਤੇ, ਤੇ ਰਾਹੂ ਮਹਾਰਾਜ ਜਿਹੜੇ ਹਨ ਤੁਹਾਡੇ ਭਾਗ ਵਾਲੇ ਹਾਊਸ ਵਿੱਚ ਬੈਠੇ ਹਨ। ਹੁਣ ਇਹ ਕੰਬੀਨੇਸ਼ਨ ਕੀ ਦਿਖਾਉਂਦਾ ਹੈ ਨਾ, ਜੋ ਸ਼ਨੀ ਦੀ ਢਈਆ ਚੱਲ ਰਹੀ ਹੈ ਔਰ ਰਾਹੂ ਦੀ, ਤਾਂ ਇਹ ਦਿਖਾਉਂਦਾ ਹੈ ਕਿ ਮਿਹਨਤ ਬਹੁਤ ਕਰ ਰਹੇ ਹੋ ਪਰ ਤੁਹਾਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਲਾਈਫ ਬੜੀ ਸਲੋਅ ਚੱਲ ਰਹੀ ਹੈ, ਓਬਸਟੈਕਲ ਆ ਰਹੇ ਹਨ, ਪਰੇਸ਼ਾਨੀਆਂ ਆ ਰਹੀਆਂ ਹਨ। ਪਰ ਡਰਨ ਦੀ ਕੋਈ ਗੱਲ ਨਹੀਂ ਹੈ, ਤੁਸੀਂ ਇਹਨਾਂ ਚੀਜ਼ਾਂ ਨੂੰ ਓਵਰਕਮ ਕਰੋਗੇ, ਘੱਟ ਕਰੋਗੇ, ਠੀਕ ਹੈ। ਕਿਉਂਕਿ ਜੋ ਰਾਹੂ ਔਰ ਸ਼ਨੀ ਹਨ ਨਾ, ਇਹ ਤੁਹਾਨੂੰ ਇਹੀ ਸਮਝਾਉਣ ਆਉਂਦੇ ਹਨ ਕਿ ਤੁਸੀਂ ਆਪਣਾ ਕੰਮ ਕਰੋ, ਕਰਮ ਕਰਦੇ ਜਾਓ, ਤੁਹਾਨੂੰ ਰਿਜ਼ਲਟ ਜ਼ਰੂਰ ਮਿਲੇਗਾ, ਬਸ ਪੋਜ਼ਿਟਿਵ ਰਹੋ, ਠੀਕ ਹੈ। ਬੇਸ਼ੱਕ ਤੁਹਾਨੂੰ ਇਸ ਵੇਲੇ ਲੱਗ ਰਿਹਾ ਹੋਏਗਾ ਕਿ ਲਾਈਫ ਬੜੀ ਸਲੋਅ ਚੱਲ ਰਹੀ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਹੈ, ਪਰ ਤੁਹਾਡੇ ਰਿਜ਼ਲਟ ਆਉਣਗੇ, ਥੋੜੀ ਡਿਲੇ ਹੋਣਗੇ, ਠੀਕ ਹੈ। ਤੇ ਮੈਂ ਤੁਹਾਡੀ ਸਿਹਤ ਬਾਰੇ ਗੱਲ ਕਰ ਰਹੀ ਸੀ। ਦੇਖੋ ਜੀ, ਸਿਹਤ ਦੀ ਜੇਕਰ ਮੈਂ ਤੁਹਾਡੀ ਗੱਲ ਕਰਾਂ ਤਾਂ ਤੁਹਾਡੀ ਰਾਸ਼ੀ ਦੇ ਸਵਾਮੀ ਹਨ ਚੰਦਰਮਾ, ਜੋ ਕਿ ਹਰ 2.5 ਦਿਨਾਂ ਬਾਅਦ ਆਪਣੀ ਰਾਸ਼ੀ ਬਦਲਦੇ ਹਨ। ਤਾਂ 25 ਅਗਸਤ ਤੱਕ ਤੁਹਾਡੀ ਸਿਹਤ ਬਹੁਤ ਅੱਛੀ ਰਹੇਗੀ, ਕੋਈ ਵੀ ਦਿੱਕਤ ਨਜ਼ਰ ਨਹੀਂ ਆ ਰਹੀ ਹੈ। 26 ਅਗਸਤ ਤੋਂ ਬਾਅਦ ਥੋੜਾ ਜਿਹਾ ਸਟਮਕ ਦੀ ਪ੍ਰੋਬਲਮ ਜਾਂ ਮਤਲਬ ਪੇਟ ਦੀ ਕੋਈ ਸਮੱਸਿਆ ਆ ਸਕਦੀ ਹੈ, ਇਸ ਦੇ ਲਈ ਤੁਹਾਨੂੰ ਅੱਛੀ ਡਾਇਟ ਦੀ ਜ਼ਰੂਰਤ ਪਏਗੀ। ਇਸ ਗੱਲ ਦਾ ਧਿਆਨ ਰੱਖੋ, ਇਸ ਦਾ ਯੋਗ ਬਣਦੇ ਨਜ਼ਰ ਆ ਰਹੇ ਹਨ। ਤੇ ਹੁਣ ਇੱਥੇ ਜਿਹੜਾ 26 ਅਗਸਤ ਨੂੰ ਜਿਹੜਾ ਸੂਰਿਆ ਦੇਵ ਦਾ ਟ੍ਰਾਂਜਿਸਟ ਹੋਏਗਾ ਨਾ, ਤਾਂ ਦੇਖੋ ਉਸ ਤੋਂ ਪਹਿਲੇ ਤਾਂ ਤੁਹਾਡੀ ਲਾਈਫ ਇਕਦਮ ਜਿਹੜੀ ਹੈ ਅਗਸਤ ਦੇ ਮਹੀਨੇ ਵਿੱਚ ਇਕਦਮ ਅੱਛੀ ਹੈ। ਐਜੂਕੇਸ਼ਨ ਦੀ ਵੀ ਜੇ ਗੱਲ ਕਰੀਏ ਤਾਂ ਉਹ ਵੀ 26 ਅਗਸਤ ਤੱਕ ਅੱਛਾ ਹੈ। ਜਿਸ ਤਰ੍ਹਾਂ ਕਿ ਸਿਹਤ ਦਾ ਦੱਸਿਆ ਕਿ 25 ਅਗਸਤ ਤੱਕ ਤੁਹਾਡੀ ਅੱਛੀ ਹੈ, ਐਜੂਕੇਸ਼ਨ ਦਾ ਵੀ ਸੇਮ ਹੈ। 25 ਅਗਸਤ ਤੱਕ ਤੁਹਾਨੂੰ ਸਟੂਡੈਂਟਸ ਹੈ ਜੋ, ਠੀਕ ਹੈ, ਉਹਨਾਂ ਨੂੰ ਪੋਜ਼ਿਟਿਵ ਰਿਜ਼ਲਟ ਮਿਲੇਗਾ, ਜੋ ਵੀ ਸਟੱਡੀ ਕਰਦੇ ਹੋ, ਪੜ੍ਹਾਈ ਕਰਦੇ ਹੋ, ਜੋਬ ਇੰਟਰਵਿਊ ਹੈ ਉਹਦੇ ਵਿੱਚ ਵੀ ਤੁਹਾਨੂੰ ਪੋਜ਼ਿਟਿਵ ਰਿਜ਼ਲਟ ਮਿਲਦਾ ਨਜ਼ਰ ਆ ਰਿਹਾ ਹੈ। ਜੇਕਰ ਹੁਣ ਉੱਥੇ ਤੁਹਾਡੀ ਲਵ ਰਿਲੇਸ਼ਨਸ਼ਿਪ ਦੀ ਗੱਲ ਕਰੀਏ ਤਾਂ ਦੇਖੋ ਜੀ, ਜੋ ਲੋਕ ਰਿਲੇਸ਼ਨਸ਼ਿਪ ਵਿੱਚ ਹਨ, ਠੀਕ ਹੈ, ਉਹਨਾਂ ਦਾ ਤਾਂ ਗ੍ਰਾਫ ਮੈਨੂੰ ਇੱਥੇ ਅੱਛਾ ਨਜ਼ਰ ਆ ਰਿਹਾ ਹੈ, ਠੀਕ ਹੈ, ਕੋਈ ਇੰਨੀ ਦਿੱਕਤ ਨਜ਼ਰ ਨਹੀਂ ਆ ਰਹੀ ਅਗਸਤ ਦੇ ਮਹੀਨੇ ਵਿੱਚ। ਪਰ ਜੋ ਲੋਕ ਮੈਰਿਡ ਹਨ, ਹਸਬੈਂਡ ਵਾਈਫ ਹਨ, ਇੱਥੇ ਥੋੜੇ ਜਿਹੇ ਇਸ਼ੂ ਨਜ਼ਰ ਆ ਰਹੇ ਹਨ। ਕਿਉਂ ਨਜ਼ਰ ਆ ਰਹੇ ਹਨ? ਇੱਥੇ ਯਾ ਦਿਖਾਈ ਦੇ ਰਿਹਾ ਹੈ ਕਿ ਜਾਂ ਤਾਂ ਤੁਹਾਡੀ ਲਾਈਫ ਵਿੱਚ ਸਟਰਗਲ ਚੱਲ ਰਿਹਾ ਹੈ ਜਾਂ ਤੁਹਾਡੇ ਪਾਰਟਨਰ ਦੀ ਲਾਈਫ ਵਿੱਚ ਸਟਰਗਲ ਚੱਲ ਰਿਹਾ ਹੈ, ਠੀਕ ਹੈ, ਇਸ ਤਰ੍ਹਾਂ ਦੇ ਯੋਗ ਬਣਦੇ ਨਜ਼ਰ ਆ ਰਹੇ ਹਨ। ਤੇ ਹੁਣ ਜੇਕਰ ਤੁਹਾਡੇ ਭਾਗ ਯਾਨੀ ਕਿ ਕਿਸਮਤ ਦੀ ਗੱਲ ਕਰੀਏ ਤਾਂ ਇੱਥੇ ਰਾਹੂ ਦੇਵ ਵਿਰਾਜਮਾਨ ਹੈ, ਇਸ ਕਰਕੇ ਤੁਹਾਨੂੰ ਥੋੜੀ ਜੀ ਦਿੱਕਤ ਦੇ ਰਹੇ ਹੈ। ਪਰ ਜਿਸ ਤਰ੍ਹਾਂ ਕਿ ਅਗੇਨ ਮੈਂ ਇਹੀ ਕਹਾਂਗੀ ਕਿ ਤੁਸੀਂ ਆਪਣਾ ਕਰਮ ਕਰਦੇ ਜਾਓ, ਉਸਦਾ ਰਿਜ਼ਲਟ ਤੁਹਾਨੂੰ ਮਿਲੇਗਾ, ਪਰ ਥੋੜੀ ਇੱਥੇ ਦਿੱਕਤ ਨਜ਼ਰ ਆ ਰਹੀ ਹੈ। ਇਸ ਤਰ੍ਹਾਂ ਦੇ ਵੀ ਮੈਨੂੰ ਯੋਗ ਬਣਦੇ ਅਗਸਤ ਦੇ ਮਹੀਨੇ ਵਿੱਚ ਨਜ਼ਰ ਆ ਰਹੇ ਹਨ।
ਹੁਣ ਇੱਥੇ ਜੇ ਮੈਂ ਗੱਲ ਕਰਾਂ ਕਿ ਜਿਹਨਾਂ ਜੋ ਲੋਕ ਜੋਬ ਕਰਦੇ ਹਨ, ਨੌਕਰੀ ਕਰਦੇ ਹਨ, ਉਹਨਾਂ ਦੇ ਵਾਸਤੇ ਬੜਾ ਹੀ ਫੇਵਰੇਬਲ ਟਾਈਮ ਹੈ। ਬਹੁਤ ਹੀ ਅੱਛਾ ਉਹਨਾਂ ਨੂੰ ਰਿਜ਼ਲਟ ਮਿਲੇਗਾ, ਉਹਨਾਂ ਨੂੰ ਪ੍ਰਮੋਸ਼ਨ ਹੋ ਸਕਦੀ ਹੈ, ਇਸ ਤਰ੍ਹਾਂ ਦੇ ਯੋਗ ਬਣਦੇ ਨਜ਼ਰ ਆ ਰਹੇ ਹਨ। ਪਰ ਜੋ ਲੋਕ ਵਪਾਰੀ ਹਨ, ਆਪਣਾ ਵਪਾਰ ਕਰਦੇ ਹਨ, ਬਿਜ਼ਨਸ ਕਰਦੇ ਹਨ, ਤਾਂ ਉਹਨਾਂ ਦੀ ਗਰੋਥ ਥੋੜ੍ਹੀ ਜਿਹੀ ਸਲੋਅ ਹੁੰਦੀ ਨਜ਼ਰ ਆ ਰਹੀ ਹੈ। ਤਾਂ ਇੱਥੇ ਉਹਨਾਂ ਨੂੰ ਆਪਣੇ ਦਿਮਾਗ ਦੀ ਥੋੜ੍ਹੀ ਜਿਹੀ ਤਿਕੜਮ ਚਲਾਉਣੀ ਪਏਗੀ, ਠੀਕ ਹੈ, ਤਾਂ ਫਿਰ ਉਹਨਾਂ ਦੀ ਜਿਹੜੀ ਗਰੋਥ ਹੈ ਉਹ ਉੱਪਰ ਜਾ ਸਕਦੀ ਹੈ। ਇਸ ਤਰ੍ਹਾਂ ਦੀ ਮੈਂ ਤੁਹਾਨੂੰ ਐਡਵਾਈਸ ਦੇ ਰਹੀ ਹਾਂ। ਇਸ ਤਰ੍ਹਾਂ ਨਹੀਂ ਕਹਿ ਰਹੀ ਕਿ ਵਪਾਰ ਦੇ ਵਿੱਚ ਤੁਹਾਨੂੰ ਕੋਈ ਨੁਕਸਾਨ ਹੋਏਗਾ, ਹੈ ਨਾ, ਜਾਂ ਕੁਛ ਤੁਹਾਡਾ ਕੁਛ ਗਲਤ ਹੋਏਗਾ, ਨਹੀਂ, ਇਸ ਤਰ੍ਹਾਂ ਦਾ ਕੁਛ ਨਹੀਂ ਹੈ। ਬਸ ਇੰਨਾ ਹੈ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ, ਦਿਮਾਗ ਨਾਲ ਦਿਮਾਗ ਲਗਾਉਣਾ ਹੈ ਤੁਸੀਂ ਆਪਣੇ ਵਪਾਰ ਵਿੱਚ, ਅਤੇ ਜਿਹੜਾ ਕੋਈ ਸ਼ੁਭ ਮੁਹੂਰਤ ਹੁੰਦੇ ਹੈ ਉਸ ਨੂੰ ਦੇਖ ਕੇ ਹੀ ਕੋਈ ਨਵਾਂ ਕੰਮ, ਜੇ ਤੁਸੀਂ ਆਪਣੇ ਵਪਾਰ ਵਿੱਚ ਕੋਈ ਨਵੀਂ ਚੀਜ਼ ਲਿਆ ਰਹੇ ਹੋ, ਹੈ ਨਾ, ਤਾਂ ਉਹ ਤੁਸੀਂ ਦੇਖ ਕੇ ਕਰੋਗੇ। ਇਹ ਚੀਜ਼ਾਂ ਦਾ ਧਿਆਨ ਰੱਖੋਗੇ ਤਾਂ ਤੁਹਾਨੂੰ ਆਉਣ ਵਾਲੇ ਜਿਹੜੀ ਨੈਗੇਟਿਵਿਟੀ ਹੈ ਉਹ ਪੋਜ਼ਿਟਿਵਿਟੀ ਦੇ ਵਿੱਚ ਬਦਲ ਜਾਏਗੀ। ਇਹ ਤਾਂ ਅਸੀਂ ਐਸਟ੍ਰੋਲੋਜੀ ਦੇ ਹਿਸਾਬ ਦੇ ਨਾਲ ਕੈਂਸਰ ਕਰਕ ਰਾਸ਼ੀ ਵਾਲਿਆਂ ਦਾ ਅਗਸਤ ਮਹੀਨੇ ਵਿੱਚ ਕੀ ਕੁਝ ਹੋ ਸਕਦਾ ਹੈ, ਕੀ ਕੁਝ ਨਹੀਂ, ਸ਼ਾਰਟਕੱਟ ਵਿੱਚ ਮੈਂ ਦੱਸ ਦਿੱਤਾ ਹੈ। ਹੁਣ ਜਲਦੀ ਨਾਲ ਦੇਖ ਲੈਂਦੇ ਹਾਂ ਟੈਰੋ ਕਾਰਡ ਦੇ ਹਿਸਾਬ ਨਾਲ ਵੀ ਕੀ ਤੁਹਾਡੇ ਅਗਸਤ ਦੇ ਮਹੀਨੇ ਵਿੱਚ ਐਨਰਜੀਜ਼ ਆ ਰਹੀਆਂ ਹਨ, ਕੀ ਗਾਈਡੈਂਸ ਆ ਰਹੀ ਹੈ, ਕੀ ਐਡਵਾਈਸ ਆ ਰਹੀਆਂ ਹਨ। ਓਕੇ, ਇੱਥੇ ਦੇਖੋ 6 ਆਫ ਕਪਸ, 2 ਆਫ ਵਾਂਡਸ ਤੇ 5 ਆਫ ਪੈਂਟੀਕਲਸ ਦੇ ਕਾਰਡਸ ਨਿਕਲੇ ਹਨ। ਇਹ ਸਾਨੂੰ ਇਹ ਕਹਿੰਦੇ ਹਨ ਕਿ ਦੇਖੋ ਅਗਸਤ ਦੇ ਮਹੀਨੇ ਵਿੱਚ ਜਦੋਂ ਸਟਾਰਟਿੰਗ ਦੇ ਵਿੱਚ ਨਾ ਤੁਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਐਨਰਜੈਟਿਕ ਫੀਲ ਕੀਤਾ ਹੋਏਗਾ, ਕਿਉਂਕਿ ਦੇਖੋ ਅੱਧਾ ਮਹੀਨਾ ਬੀਤ ਗਿਆ ਹੈ, ਮੈਂ ਥੋੜ੍ਹਾ ਲੇਟ ਹੋ ਗਈ ਹਾਂ ਵੀਡੀਓ ਪਾਉਣ ਵਿੱਚ, ਤਾਂ ਤੁਸੀਂ ਦੇਖੋ ਆਪਣੇ ਆਪ ਨੂੰ ਬਹੁਤ ਜ਼ਿਆਦਾ ਤੁਹਾਡੇ ਅੰਦਰ ਐਨਰਜੀ ਰਹੀ ਹੋਏਗੀ, ਹੈ ਨਾ, ਅਤੇ 6 ਆਫ ਕਪਸ ਦੀ ਐਨਰਜੀ ਹੈ। ਪਰ ਮਿਡ ਜਿਸ ਤਰ੍ਹਾਂ ਕਿ ਹੁਣ ਵਿਚਕਾਲਾ ਚੱਲ ਰਿਹਾ ਹੈ ਅਗਸਤ ਦਾ ਮਹੀਨਾ, ਅਤੇ ਤੁਹਾਨੂੰ ਨਾ ਕਿਧਰੇ ਆਪਣਾ ਪਾਸਟ ਯਾਦ ਆਏਗਾ, ਤੁਸੀਂ ਬਹੁਤ ਜ਼ਿਆਦਾ ਇਮੋਸ਼ਨਲ ਹੋਵੋਗੇ। ਹੁੰਦਾ ਹੈ ਨਾ ਕਈ ਵਾਰੀ ਜਦੋਂ ਸਾਨੂੰ ਅਸੀਂ ਕੰਮ ਕਰਦੇ ਕਰਦੇ ਥੱਕ ਜਾਂਦੇ ਹਾਂ, ਆਪਣੀਆਂ ਪਰੇਸ਼ਾਨੀਆਂ ਤੋਂ, ਜ਼ਿੰਮੇਵਾਰੀਆਂ ਤੋਂ ਥੱਕ ਜਾਂਦੇ ਹਾਂ, ਪਰੇਸ਼ਾਨ ਹੋ ਜਾਂਦੇ ਹਾਂ, ਅਤੇ ਅਸੀਂ ਉਸ ਵੇਲੇ ਨਾ ਆਪਣੇ ਪਾਸਟ ਵਿੱਚ ਸੋਚਣਾ ਸ਼ੁਰੂ ਕਰਦੇ ਹਾਂ, ਜਿਸ ਵੇਲੇ ਸਾਡੇ ਕੋਲ ਇੰਨੀਆਂ ਜ਼ਿੰਮੇਵਾਰੀਆਂ ਨਹੀਂ ਸੀ, ਹਸੀ ਖੁਸ਼ੀ ਨਾਲ ਖੇਡਦੇ ਸੀ, ਜਾਂ ਚਾਈਲਡਹੁੱਡ ਬਚਪਨ ਦੀਆਂ ਯਾਦਾਂ ਯਾਦ ਕਰ ਲੈਂਦੇ ਹਾਂ, ਇਸ ਤਰ੍ਹਾਂ ਦਾ ਤੁਸੀਂ ਇਮੋਸ਼ਨਲ ਹੋਣ ਵਾਲੇ ਹੋ ਮਿਡ ਅਗਸਤ ਦੇ ਵਿਚਕਾਰ। ਉਸ ਤੋਂ ਬਾਅਦ ਆਪਾਂ ਜੇ ਐਂਡ ਮਹੀਨੇ ਦੇ ਆਖੀਰ ਦੀ ਗੱਲ ਕਰੀਏ ਨਾ, ਮਹੀਨੇ ਦੇ ਐਂਡ ਵੀ 5 ਆਫ ਪੈਂਟੀਕਲਸ ਦਾ ਕਾਰਡ ਹੈ, ਤਾਂ ਇੱਥੇ ਕੋਈ ਨਾ ਕੋਈ ਇੱਕ ਡਰ ਹੈ, ਠੀਕ ਹੈ, ਤੁਹਾਡੇ ਅੰਦਰ ਇੱਕ ਪੈਦਾ ਹੋ ਸਕਦਾ ਹੈ ਕਿ ਮਤਲਬ ਜੋ ਤੁਹਾਡੇ ਉੱਪਰ ਜ਼ਿੰਮੇਵਾਰੀਆਂ ਹਨ, ਹੈ ਨਾ, ਅਤੇ ਉਹ ਪੈਸਿਆਂ ਦਾ ਫਲੋ ਘੱਟ ਆ ਰਿਹਾ ਹੈ, ਇੰਨੀ ਅਬੈਂਡੈਂਸ ਨਹੀਂ ਆ ਰਹੀ ਹੈ, ਮਨੀ ਫਲੋ ਘੱਟ ਹੈ, ਤਾਂ ਤੁਹਾਡੇ ਜੋ ਸੁਪਨੇ ਹੈ, ਤੁਹਾਨੂੰ ਇਸ ਗੱਲ ਦਾ ਡਰ ਸਤਾ ਸਕਦਾ ਹੈ ਐਂਡ ਵਿੱਚ ਅਗਸਤ ਵਿੱਚ, ਕਿ ਇਹ ਮੈਂ ਸੁਪਨੇ ਪੂਰੇ ਕਰ ਪਾਵਾਂਗਾ ਪਾਵਾਂਗੀ ਜਾਂ ਨਹੀਂ, ਠੀਕ ਹੈ, ਜਾਂ ਫਿਰ ਮੇਰੀਆਂ ਜ਼ਿੰਮੇਵਾਰੀਆਂ ਨੂੰ ਇਸ ਤਰ੍ਹਾਂ ਮੈਂ ਪੈਸਾ ਘੱਟ ਆ ਰਿਹਾ ਹੈ, ਸਰਵਾਈਵ ਕਰ ਪਾਵਾਂਗਾ ਜਾਂ ਨਹੀਂ। ਓਕੇ, ਹੁਣ ਇੱਥੇ ਦੇਖੋ ਕਈ ਲੋਕ ਐਸੇ ਹੁੰਦੇ ਹਨ ਕਿ ਚਲੋ ਦੇਖੇ ਸੀ ਸੁਪਨੇ, ਹੁਣ ਨਹੀਂ ਆ ਰਿਹਾ ਪੈਸਾ, ਚਲੋ ਠੀਕ ਹੈ ਹੁਣ ਕੀ ਕਰ ਸਕਦੇ ਹਾਂ। ਪਰ ਕਈ ਲੋਕ ਐਸੇ ਹੁੰਦੇ ਹਨ ਜੋ ਕਿ ਇਸ ਦੁੱਖ ਵਿੱਚ ਕਿ ਹਾਂ ਜਿੰਨਾ ਸੋਚਿਆ ਸੀ ਉਨਾ ਨਹੀਂ ਹੋ ਰਿਹਾ ਹੈ, ਤਾਂ ਇਸ ਦੁੱਖ ਵਿੱਚ ਜੀਣਾ ਸ਼ੁਰੂ ਕਰ ਦਿੰਦੇ ਹਨ, ਅਤੇ ਆਪਣੀਆਂ ਖੁਸ਼ੀਆਂ ਨੂੰ ਉਹਨਾਂ ਸੁਪਨਿਆਂ ਦੇ ਉੱਤੇ ਡਿਪੈਂਡ ਕਰ ਦਿੰਦੇ ਹਨ, ਜੋ ਕਿ ਦੇਖੋ ਸੁਪਨੇ ਦੇਖਣਾ ਗਲਤ ਨਹੀਂ ਹੈ, ਪਰ ਆਪਣੀਆਂ ਖੁਸ਼ੀਆਂ ਨੂੰ ਉਹਨਾਂ ਸੁਪਨਿਆਂ ਦੇ ਉੱਤੇ ਡਿਪੈਂਡ ਕਰ ਦੇਣਾ ਉਹ ਗਲਤ ਹੈ, ਠੀਕ ਹੈ, ਸਹੀ ਹੈ, ਕਹਿਣਾ ਵੀ ਤੁਸੀਂ ਸ਼ਾਇਦ ਸੋਚ ਰਹੇ ਹੋਗੇ ਕਿ ਕਹਿਣਾ ਬਹੁਤ ਆਸਾਨ ਰਹਿੰਦਾ ਹੈ, ਪਰ ਨਹੀਂ, ਮੈਂ ਤੁਹਾਨੂੰ ਇਹ ਕਹਿ ਰਹੀ ਹਾਂ ਇੱਥੇ ਕਿ ਇਹ ਨਹੀਂ ਮੈਂ ਕਹਿ ਰਹੀ ਕਿ ਤੁਸੀਂ ਭੁੱਲ ਜਾਓ ਕਿ ਸੁਪਨੇ ਪੂਰੇ ਨਹੀਂ ਹੋ ਰਹੇ, ਮੈਂ ਤੁਹਾਨੂੰ ਕਹਿ ਰਹੀ ਹਾਂ ਪਰਮਾਤਮਾ ਦੀ ਸ਼ਰਨ ਵਿੱਚ ਚਲੇ ਜਾਓ, ਠੀਕ ਹੈ, ਜਿਸ ਵੇਲੇ ਤੁਹਾਨੂੰ ਲੱਗ ਰਿਹਾ ਹੈ ਕਿ ਜੋ ਮੈਂ ਸੋਚ ਰਿਹਾ ਸੀ ਉਹ ਨਹੀਂ ਹੋ ਰਿਹਾ, ਤਾਂ
ਨੈਗੇਟਿਵ ਨਹੀਂ ਹੋਣਾ। ਦੇਖੋ ਲਾਅ ਆਫ ਅਟਰੈਕਸ਼ਨ ਇੱਕ ਐਸੀ ਚੀਜ਼ ਹੈ, ਬੁਰਾ ਨੈਗੇਟਿਵ ਸੋਚੋਗੇ ਨੈਗੇਟਿਵ ਹੀ ਤੁਹਾਨੂੰ ਬੈਕ ਵੀ ਜਾਂਦਾ ਹੈ। ਮੇਰੇ ਕਹਿਣ ਦਾ ਮਤਲਬ ਇਹ ਹੈ, ਮੈਂ ਤੁਹਾਨੂੰ ਇਹ ਸਿਖਾ ਰਹੀ ਹਾਂ, ਜੇ ਅਗਸਤ ਦੇ ਐਂਡ ਵਿੱਚ ਤੁਹਾਡਾ ਇਸ ਤਰ੍ਹਾਂ ਦਾ ਖੁਸ਼ੀਆਂ ਤੁਹਾਨੂੰ ਲੱਗਦਾ ਹੈ ਕਿ ਘੱਟ ਹੋ ਰਹੀਆਂ ਹਨ, ਤੁਸੀਂ ਦੁਖੀ ਹੋ ਰਹੇ ਹੋ, ਨੈਗੇਟਿਵ ਹੋ ਰਹੇ ਹੋ, ਤਾਂ ਪਰਮਾਤਮਾ ਦੀ ਸ਼ਰਨ ਵਿੱਚ ਜਾਓ। ਬਸ ਅਰਦਾਸ ਕਰਨੀ ਹੈ, ਪ੍ਰੇਅਰ ਕਰਨੀ ਹੈ, ਜਿਹੜੇ ਵੀ ਪਰਮਾਤਮਾ ਅੱਲਾ ਈਸ਼ਵਰ ਨੂੰ ਤੁਸੀਂ ਮੰਨਦੇ ਹੋ, ਯੂਨੀਵਰਸ ਕੋਲ ਜਾਓ, ਹੱਥ ਜੋੜ ਕੇ ਖੜੇ ਹੋ ਜਾਓ ਵੀ ਇਹ ਮੇਰੀ ਪ੍ਰੋਬਲਮ ਹੈ, ਇੰਨਾ ਮੈਂ ਸੋਚਿਆ ਸੀ, ਇੰਨਾ ਨਹੀਂ ਆ ਰਿਹਾ, ਹੁਣ ਮੈਂ ਤੁਹਾਡੇ ਅੱਗੇ ਸਰੈਂਡਰ ਕਰ ਦਿੱਤਾ ਹੈ। ਮੈਂ ਤੁਹਾਨੂੰ ਦੱਸ ਰਹੀ ਹਾਂ, ਯਕੀਨ ਮੰਨ ਕੇ ਚੱਲਣਾ, ਪਰਮਾਤਮਾ ਨੇ ਉਹ ਤੁਹਾਡਾ ਕੰਮ ਕਰ ਦੇਣਾ ਹੈ, ਤੁਹਾਨੂੰ ਪਤਾ ਵੀ ਨਹੀਂ ਚੱਲਣਾ, ਠੀਕ ਹੈ। ਇਸ ਕਰਕੇ ਬਿਲਕੁਲ ਵੀ ਨੈਗੇਟਿਵ ਨਹੀਂ ਹੋਣਾ, ਬਿਲਕੁਲ ਵੀ ਚਿੰਤਾ ਨਹੀਂ ਕਰਨੀ ਹੈ। ਜੇਕਰ ਅਗਸਤ ਦੇ ਮਹੀਨੇ ਵਿੱਚ ਤੁਹਾਨੂੰ ਇਹ ਪ੍ਰੋਬਲਮ ਆਉਂਦੀ ਹੈ, ਬਿਲਕੁਲ ਵੀ ਚਿੰਤਾ ਨਹੀਂ ਕਰਨੀ ਹੈ। ਸੋ ਇਹ ਜੋ ਮੈਂ ਚੀਜ਼ਾਂ ਤੁਹਾਨੂੰ ਸਮਝਾ ਰਹੀ ਹਾਂ ਨਾ, ਸ਼ਾਇਦ ਤੁਸੀਂ ਡੀਪਲੀ ਇਸ ਨੂੰ ਸੋਚੋਗੇ ਨਾ ਤਾਂ ਤੁਹਾਨੂੰ ਸਮਝ ਆਏਗੀ। ਅਤੇ ਜੋ ਮੈਂ ਇਹ ਕਹਿ ਰਹੀ ਹਾਂ, ਜੇ ਤੁਹਾਡੇ ਨਾਲ ਕਨੈਕਟ ਹੋ ਰਹੀਆਂ ਹੈ, ਗੱਲਾਂ ਸਮਝ ਪਾ ਰਹੇ ਹੋ, ਰੈਜ਼ੋਨੇਟ ਹੋ ਰਹੀਆਂ, ਤਾਂ ਮੈਨੂੰ ਕਮੈਂਟ ਜ਼ਰੂਰ ਕਰਨਾ ਜੀ। ਤਾਂ ਦੇਖੋ ਜੀ, ਅਕੋਰਡਿੰਗ ਟੂ ਟੈਰੋ ਕਾਰਡਸ, ਤੁਹਾਡਾ ਅਗਸਤ ਦਾ ਮਹੀਨਾ ਕਰੀਅਰ ਵਾਈਜ਼ ਅੱਛਾ ਹੈ। ਇਮੋਸ਼ਨਲੀ ਥੋੜ੍ਹਾ ਜਿਹਾ ਇਮਬੈਲੈਂਸ ਹੋ ਰਹੇ ਹੋ ਤੁਸੀਂ ਮਿਡ ਵਿੱਚ ਅਤੇ ਐਂਡ ਵਿੱਚ, ਜੋ ਕਿ ਮੈਂ ਤੁਹਾਨੂੰ ਸਮਝਾ ਦਿੱਤਾ ਹੈ, ਉਹ ਨਹੀਂ ਹੋਣਾ ਹੈ। ਅਤੇ ਦੇਖੋ ਐਸਟ੍ਰੋਲੋਜੀ ਦੇ ਅਕੋਰਡਿੰਗ ਵੀ ਇੱਥੇ ਜੋ ਤੁਹਾਨੂੰ ਮੈਂ ਦੱਸਿਆ ਕਿ ਸ਼ਨੀ ਦੀ ਢਈਆ ਚੱਲ ਰਹੀ ਹੈ, ਰਾਹੂ ਥੋੜ੍ਹਾ ਜਿਹਾ ਪਰੇਸ਼ਾਨ ਕਰ ਰਹੇ ਹਨ, ਠੀਕ ਹੈ, ਉਹ ਤੁਸੀਂ ਇਮਬੈਲੈਂਸ ਉੱਥੇ ਵੀ ਹੋਵੋਗੇ, ਠੀਕ ਹੈ, ਤੋ ਕਿ ਕੰਮ ਸਲੋਅ ਹੋਣਗੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ, ਡੀਲੇ ਥੋੜ੍ਹਾ ਜਿਹਾ ਤੁਹਾਡੇ ਕੰਮਾਂ ਵਿੱਚ ਆ ਰਿਹਾ ਹੈ, ਉਹ ਪਰ ਉਹ ਵੀ ਠੀਕ ਹੋ ਜਾਏਗਾ। ਇਸ ਤਰ੍ਹਾਂ ਦੀ ਕੋਈ ਵੀ ਦਿੱਕਤ ਨਜ਼ਰ ਨਹੀਂ ਆ ਰਹੀ ਹੈ, ਕਿਉਂਕਿ ਦੇਖੋ ਹਰ ਮਹੀਨੇ ਤੁਹਾਡੀ ਨਵੀਂ ਜੋ ਹੋਏਗੀ ਰੀਡਿੰਗ ਅਲੱਗ ਹੋਏਗੀ, ਹਰ ਮਹੀਨੇ ਗ੍ਰਹਿ ਗੋਚਰ ਅਲੱਗ ਹੋਣਗੇ, ਤਾਂ ਉਹ ਸਭ ਚੇਂਜ ਹੋ ਜਾਣਗੇ। ਇਸ ਕਰਕੇ ਕੈਂਸਰ ਕਰਕ ਰਾਸ਼ੀ ਵਾਲਿਆਂ ਨੂੰ ਮੈਂ ਕਹਿ ਰਹੀ ਹਾਂ ਕਿ ਬਿਲਕੁਲ ਵੀ ਇੱਥੇ ਤੁਹਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਤੁਹਾਡਾ ਵੀ ਜਿਹੜਾ ਮੰਥ ਹੈ 50-50 ਚੱਲ ਰਿਹਾ ਹੈ, ਤਾਂ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ। ਅਤੇ ਚਲੋ ਜੀ, ਹੁਣ ਮੈਨੂੰ ਇਜਾਜ਼ਤ ਦਿਓ, ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ।